ਸਰਕਾਰ ਦਾਤਾ ਨੌਗਜ਼ਾ ਪੀਰ ਇੱਛਾਧਾਰੀ ਲੱਖ ਦਾਤਾ ਗਿਆਰਵੀਂ ਵਾਲੀ ਸਰਕਾਰ ਖਵਾਜਾ ਵਲੀ ਜਿਹਨਾਂ ਦੀ ਰਹਿਮਤ ਸਦਕਾ ਅੱਜ ਦਸਵਾਂ ਸਲਾਨਾ ਜੋੜ ਮੇਲਾ ਨੌਗਜ਼ਾ ਪੀਰ ਇੱਛਾਧਾਰੀ ਲੱਖ ਦਾਤਾ ਦਰਬਾਰ ਦਾ ਮਨਾਇਆ ਜਾ ਰਿਹਾ ਹੈ ਜਿਸ ਦੇ ਸੇਵਾਦਾਰ ਗੱਦੀ ਦੇ ਵਾਰਸ ਸਰਕਾਰ ਦਾਤਾ ਸੁਰਿੰਦਰ ਸ਼ਾਹ ਜੀ ਜਿਹਨਾਂ ਦੀ ਰਹਿਮਨਵਾਈ ਹੇਠ ਅੱਜ ਦਾ ਸਲਾਨਾ ਜੋੜ ਮੇਲਾ ਨਗਰ ਦੇ ਇਲਾਕੇ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਨਹੀਂ ਬਲਕਿ ਇੰਟਰਨੈਸ਼ਨਲ ਕਲਾਕਾਰ ਹਾਜ਼ਰੀ ਲਾ ਕੇ ਗਏ ਨੇ ਹਰ ਸਾਲ ਔਰ ਹਰ ਸਾਲ ਦੀ ਤਰ੍ਹਾਂ ਅੱਜ ਵੀ ਵਰਲਡ ਫੇਮਸ ਸਟਾਰ ਇੰਟਰਨੈਸ਼ਨਲ ਕਲਾਕਾਰ ਆਪਣੀ ਆਵਾਜ਼ ਮਹੇ ਸਾਊਂਡ ਦੇ ਰਾਹੀਂ ਆਪ ਸਭ ਦੇ ਕੰਨਾਂ ਤੱਕ ਪਹੁੰਚਾਉਣਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰੀਏ ਜਿਹੜੀਆਂ ਸੰਗਤਾਂ ਜਿਹੜੇ ਸੇਵਾਦਾਰ ਦੂਰ ਨੇੜੇ ਘੁੰਮਦੇ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਕਿ ਉਹ ਆ ਕੇ ਬੈਠ ਜਾਣ ਦੀ ਕਿਰਪਾਲਤਾ ਕਰਨ ਸੋ ਝੰਡੇ ਦੀ ਰਸਮ ਹੋ ਚੁੱਕੀ ਹੈ ਸਰਕਾਰ ਦਾਤਾ ਨਗਰ ਦੇ ਵਿੱਚੋਂ ਸੰਗਤਾਂ ਨਿਸ਼ਾਨ ਸਾਹਿਬ ਲੈ ਕੇ ਦਾਤਾ ਜੀ ਦਾ ਪਹੁੰਚੀਆਂ ਨੇ ਸਾਡੇ ਸਰਕਾਰ ਦਾਤਾ ਸੁਰਿੰਦਰ ਸ਼ਾਹ ਜੀ ਸਰਕਾਰ ਦਾਤਾ ਅਰੁਣ ਸ਼ਾਹ ਜੀ ਜਿਹੜੇ ਦਾਤਾ ਦੇ ਦਰਬਾਰ ਤੇ ਸੰਗਤਾਂ ਨੂੰ ਪਿਆਰ ਆਸ਼ੀਰਵਾਦ ਦੇਣ ਵਾਸਤੇ ਪਹੁੰਚੇ ਨੇ ਸੋ ਮੈਂ ਗੁਜ਼ਾਰਿਸ਼ ਕਰਾਂਗਾ ਕਲਾਕਾਰ ਵੀਰਾਂ ਨੂੰ ਕਿ ਜਿਹਨਾਂ ਜਿਹਨਾਂ ਦਾ ਟਾਈਮ ਦਾਤਾ ਜੀ ਵੱਲੋਂ ਹੈ ਉਹ ਕਲਾਕਾਰ ਆਪਣੀ ਹਾਜ਼ਰੀ ਪੇਸ਼ ਕਰਨਗੇ ਸੋ ਸਾਡੇ ਕੋਲ ਦਾਤਾ ਜੀ ਦੀਆਂ ਸੰਗਤਾਂ ਪਹੁੰਚ ਚੁੱਕੀਆਂ ਨੇ ਚਰਨਾਂ 'ਚ ਬੇਨਤੀ ਕਰੀਏ ਕਿ ਪੰਡਾਲ ਵਿੱਚ ਆ ਕੇ ਬੈਠ ਜਾਣ ਦੀ ਕਿਰਪਾਲਤਾ ਕਰਨ ਬੜਾ ਧੰਨਵਾਦ ਹੋਏਗਾ ਕਿਉਂਕਿ ਦਾਤਾ ਦੇ ਦਰਬਾਰ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਸੋ ਮੈਂ ਗੁਜ਼ਾਰਿਸ਼ ਕਰਾਂਗਾ ਅਮਰਜੀਤ ਖੇੜਾ ਜੀ ਨੂੰ ਦਾਤਾ ਜੀ ਵੱਲੋਂ ਹੁਕਮ ਹੋਇਆ ਹੈ ਇੱਕ ਦੋ ਟਿਊਨਾਂ ਤੋਂ ਬਾਅਦ ਕਲਾਕਾਰਾਂ ਨੂੰ ਪੇਸ਼ ਕਰਵਾਈਏ ਸਰਦਾਰ ਬਹਾਦਰ ਸਰਦਾਰ ਕੁਲਦੀਪ ਸਿੰਘ ਜੀ ਮੁਲਾਜ਼ਮ ਸਾਹਿਬ ਸਾਡੇ ਕੋਲ ਪਹੁੰਚੇ ਨੇ ਧੰਨਵਾਦ ਕਰਦੇ ਹਾਂ ਅਤੇ ਨਾਲ ਹੋਰ ਮੁਲਾਜ਼ਮ ਆਏ ਨੇ ਫਤਿਹਪੁਰ ਚੌਂਕੀ ਇੰਚਾਰਜ ਅਤੇ ਹੋਰ ਸਾਡੇ ਕੋਲ ਪੁਲਿਸ ਮੁਲਾਜ਼ਮ ਪਹੁੰਚੇ ਨੇ ਪਿਆਰ ਸਦਕਾ ਦਾਤਾ ਦੇ ਦਰਬਾਰ ਤੋਂ ਆਸ਼ੀਰਵਾਦ ਲੈਣ ਵਾਸਤੇ ਮਹੇਸ਼ ਸਾਊਂਡ ਦੇ ਰਹੀ ਆਪ ਸਾਹਿਬ ਦੇ ਕੰਨਾਂ ਤੱਕ ਆਵਾਜ਼ ਪਹੁੰਚੇਗੀ ਇੱਕ ਦੋ ਟੀਮਾਂ ਦੇ ਨਾਲ ਇਲੈਕਟ੍ਰੀਸ਼ੀਅਨ ਸਾਹਿਬ ਜੀ ਨੂੰ ਬੇਨਤੀ ਹੈ ਕਿ ਮਿਹਰਬਾਨੀ ਕਰਕੇ ਇੱਕ ਪੱਖਾ ਜੇ ਸਟੇਜ 'ਤੇ ਲਾ ਸਕਦੇ ਹੋ ਤਾਂ ਬੜੀ ਮਿਹਰਬਾਨੀ ਹੈ ਇੱਕ ਪੱਖਾ ਸਟੇਜ 'ਤੇ ਲਾ ਦਿਓ ਜੀ ਬੜੀ ਮਿਹਰਬਾਨੀ ਹੈ ਇਲੈਕਟ੍ਰੀਸ਼ੀਅਨ ਸਾਹਿਬ ਜੀ ਨੂੰ ਬੇਨਤੀ ਹੈ ਜੋਤੀ ਟੈਂਟ ਹਾਊਸ ਵਾਲਿਆਂ ਨੇ ਬੜਾ ਅੱਛਾ ਟੈਂਟ ਸਜਾਇਆ ਹੈ ਇਲੈਕਟ੍ਰੀਸ਼ੀਅਨ ਸਾਹਿਬ ਜੀ ਨੂੰ ਬੇਨਤੀ ਹੈ ਕਿ ਇੱਕ ਪੱਖਾ ਸਟੇਜ 'ਤੇ ਪਹੁੰਚਾ ਦਿਓ ਜੀ ਸਾਡੇ ਵੀਰ ਜੀ ਜਿਹਨਾਂ ਨੇ ਦਾਤਾ ਦੇ ਦਰਬਾਰ 'ਤੇ ਹਾਜ਼ਰੀ ਪੇਸ਼ ਕੀਤੀ ਹੈ ਰਾਤੀ ਬੜੇ ਅੱਛੇ ਤਰੀਕੇ ਦੇ ਨਾਲ ਉਹ ਵੀ ਤਸ਼ਰੀਫ ਮਾਨ ਨੇ ਸਾਡੇ ਕਰਨੈਲ ਭੱਟੀ ਜੀ ਜਿਹੜੇ ਮਾਡਰਨ ਸਹਿਯੋਗ ਸਕੂਲ ਦੇ ਵਿੱਚ ਮਿਊਜ਼ਿਕ ਦੇ ਟੀਚਰ ਨੇ ਤਸ਼ਰੀਫ ਮਾਨ ਹੋਏ ਨੇ ਧੰਨਵਾਦ ਕਰਦੇ ਹਾਂ ਅਮਰਜੀਤ ਜੀ ਖੇੜਾ ਕੀਤਾ ਹੈ ਕਿ ਦਾਤਾ ਜੀ ਨੂੰ ਇਸ ਤਰੀਕੇ ਦੇ ਨਾਲ ਥੋੜਾ ਨੀਵੀਂ ਕਰ ਲਿਓ ਚਾਦਰ ਵੀਰ ਜੀ ਨੀਵੀਂ ਕਰ ਲਓ ਚਾਦਰ ਥੋੜਾ ਨੀਵਾਂ ਕਰ ਦਿਓ ਥੱਲੇ ਉੱਤੇ ਤਾਰ ਹੈ ਸੋ ਸਾਡੇ ਦਾਤਾ ਜੀ ਸੁਰਿੰਦਰ ਸ਼ਾਹ ਜੀ ਤਸ਼ਰੀਫ ਮਹਿਮਾਨ ਹੋਏ ਨੇ ਮੈਂ ਬੇਨਤੀ ਕਰਾਂਗਾ ਸਾਰੀਆਂ ਸੰਗਤਾਂ ਨੂੰ ਕਿ ਬੈਠ ਜਾਣ ਦੀ ਕਿਰਪਾਲਤਾ ਕਰੋ ਬਸ ਠੀਕ ਦਰਬਾਰ ਤੇ ਸੁਮੇਰੇ ਤੋਂ ਬਾਅਦ ਅਮਰਜੀਤ ਖੇੜਾ ਸਾਡੇ ਤਰਸੇਮ ਸਾਹਿਬ ਜੀ ਫਤਿਹਪੁਰੀ ਸਾਹਿਬ ਆਸ਼ੀਰਵਾਦ ਪਿਆਰ ਮਾਣ ਹਾਂਜੀ
एक कंटा बिना सिर तो लगियाने बख्शी रामा नगजा पीरी चा तारी दाता लख दाता करे नजर कर्म वाली दे मुह मिलन मुरादा लगियाने। दाता जी ये सेरा एवें नहीं तैयार होया एक दिन परियां ने बैठ विचार कीता बाबू जी छड़ो कित्थों फुल लईए कित्थों लईए कलियां परिवार कीता परियां पहुंचियां जन्नत दे बाग अंदर परियां पहुंचियां जन्नत दे बाग अंदर ते अल्लाह पाक ने बड़ा सत्कार कीता सुई सिद्क वाली धागा तरवास पप्पी नगज पीर दा सेड़ा तैयार ਕਿੱਦਾਂ ਸਿਹਰਾ ਹੋਇਆ ਸਿਹਰਾ ਗੁੰਦ ਕੇ ਲਿਆਇਆ ਨਗਜ ਪੀਰ ਲਈ ਸਾਰਾ ਕੁਝ
ਬਾਬਾ ਬਾਲਕ ਨਾਥ ਜੀ, ਜੈ ਬਾਬਾ ਯਾਰ ਪੀਰ, ਜੈ ਬਾਬਾ ਸ਼੍ਰੀ ਚੰਦ ਮਹਾਰਾਜ ਜੀ, ਜਿਹਨਾਂ ਵੱਲੋਂ ਪਹਿਲਾਂ ਹੀ ਬਹੁਤ ਸਾਰਾ ਮਾਣ ਹੈ। ਮੈਂ ਇਹ ਸਾਹਿਬ ਦੀ ਕਿਰਪਾ ਕਰੋ ਥੋੜ੍ਹੀ ਬਹੁਤ ਅੱਛੀ ਸਾਉਂਡ ਮਹੇ ਸਾਹਿਬ, ਬਹੁਤ ਧੰਨਵਾਦ। ਨੌ ਗੱਜਾ ਪੀਰ ਜਿਹਨਾਂ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸ਼ਾਹ ਜੀ, ਉਹਨਾਂ ਦੇ ਨਾਲ ਬਾਬਾ ਅਰਨ ਜੀ, ਬਾਬਾ ਭੋਲੇ ਸ਼ਾਹ ਜੀ, ਔਰ ਜਿੰਨੀਆਂ ਸੰਗਤਾਂ ਇਲਾਕੇ ਦੀਆਂ ਔਰ ਨਗਰ ਦੀਆਂ, ਔਰ ਮੇਰਾ ਵੀਰ ਕਿਆ ਬਾਤ ਤਰਸੇਮ ਫਤਿਹਪੁਰੀ ਸਾਹਿਬ, ਜਿਹਨਾਂ ਵੱਲੋਂ ਬਹੁਤ ਸਾਰਾ ਪਿਆਰ, ਕਿਉਂਕਿ ਸਾਡੀ ਰਿਸ਼ਤੇਦਾਰੀ ਵੀ ਬੜੀ ਗੂੜੀ ਹੈ, ਬਹੁਤ ਸਾਰਾ ਪਿਆਰ ਦੇ ਕੇ ਬਹੁਤ ਧੰਨਵਾਦੀ ਹੈ। ਤੁੰਬਾ ਸਾਈਆਂ ਦਾ ਪੇਸ਼ ਕਰਨ ਜਾ ਰਹੇ ਹਾਂ, ਬਹੁਤ ਅੱਛਾ ਸੈਰੀ ਸ਼ੌਪ, ਜਿਹੜੇ ਕਿ ਫੋਟੋ ਵੀ ਬਹੁਤ ਨੈੱਟ 'ਤੇ ਪਾਉਂਦੇ ਆ। ਧੀਣਾ ਤੋਂ ਮੇਰਾ ਵੀਰ ਪੱਪੂ ਜੀ, ਉਹ ਵੀ ਇੱਥੇ ਪਹੁੰਚਿਆ, ਬਹੁਤ ਧੰਨਵਾਦੀ ਹੈ, ਮਿਹਰਬਾਨੀ, ਸ਼ੁਕਰੀਆ। ਬਿਲਕੁਲ ਨਵਾਂ ਸੌਂਗ ਤੁੰਬਾ ਸਾਈਆਂ ਦਾ, ਕਿਉਂਕਿ ਸਿਹਰੇ ਐਵੇਂ ਨਹੀਂ ਲੱਗਦੇ ਪੱਪੀ ਭਾਜੀ, ਸਾਡੇ ਪੀਮਾ ਭਾਜੀ, ਕਿਉਂਕਿ ਸਿਹਰੇ ਉਦੋਂ ਲੱਗਦੇ ਹੈ ਜਦੋਂ ਮੋਹਰ ਲੱਗ ਜਾਂਦੀ ਉਹ ਸਰਕਾਰ ਦੀ, ਜਿਹਨਾਂ 'ਤੇ ਕਰਮ ਨਵਾਜੀ ਹੋ ਜਾਏ ਫਿਰ ਪਟਾ ਪੈ ਜਾਂਦਾ ਪਟਾ। ਬਾਬਾ ਜੀ ਮੇਰੇ ਗਲ ਪੱਟਾ, ਤੇਰੇ ਨਾਮ ਵਾਲਾ, ਤੇਰੇ ਨਾਮ ਨੂੰ ਜੱਗ ਸਿਆਣ ਦਾ ਏ, ਤੇਰਾ ਨਾਂ ਲੈ ਕੇ ਲੰਘ ਮੈਂ ਪਾਰ ਜਾਵਾਂ, ਤੇ ਮੈਨੂੰ ਆਸਰਾ ਤੇਰੇ ਨਾਮ ਦਾ ਏ, ਹੋੜ ਤੇ ਆਸਰਾ ਉਸ ਮਾਲਕ ਦਾ ਹੋ ਜਾਂਦਾ ਹੈ। ਕਹਾਣੀ ਸਾਰੀ ਪਿਆਰ ਮੁਹੱਬਤ ਦੀ ਹੈ, ਗੁਰਬਾਣੀ ਦਾ ਫਰਮਾਨ ਵੀ ਹੈ, ਜਿਹਨੇ ਪ੍ਰੇਮ ਕੀਆ ਤਿੰਨ ਹੀ ਪ੍ਰਭ ਪਾਇਆ। ਪਿਆਰੀ ਸਤਸੰਗ ਜੀ, ਉਹ ਜਿਹੜੇ ਪ੍ਰੇਮ ਕਰਨ ਵਾਲੇ ਇਨਸਾਨ ਹੈ ਉਹ ਰੱਬ ਨੂੰ ਵੀ ਪਾ ਲੈਂਦੇ ਆ। ਬਹੁਤ ਸਾਰਾ ਪਿਆਰ ਪ੍ਰਧਾਨ ਸਾਹਿਬ ਗਿਆਨ ਚੰਦ ਜੀ, ਮੇਰਾ ਵੀਰ, ਮੇਰੇ ਪਿੰਡ ਤੋਂ ਵੀ ਸੰਗਤ ਆਈਆਂ, ਮੋਹਰ ਮਿਹਰਬਾਨੀ, ਸ਼ੁਕਰੀਆ। ਤੋ ਆਓ ਸ਼ੁਰੂ ਕਰੀਏ ਆਪਾਂ। ਸਿਆਣ ਦਾਈ ਤੇਰਾ ਨੌ ਲੈ ਕੇ ਲੰਘ ਮੈਂ ਪਾਰ ਜਾਵਾਂ, ਤੇ ਮੈਨੂੰ ਆਸਰਾ ਤੇਰੇ ਨਾਮ ਦਾਈ। ਸ਼੍ਰੀ ਬਾਜੀ ਕਿਆ ਬਾਤ, ਆਓ ਸ਼ਰੀ ਜੀ ਕਿਆ ਬਾਤ,
ਦੀਆਂ ਮਿੱਠੀਆਂ ਤਾਨਾਂ ਅਲਹਦਰ ਹਾਗ ਦੀਆਂ ਇਹ ਡੋਰ ਸੁਰਤ ਦੀ ਗੋਲੇ ਜੀ ਤੂੰ ਵਸਾਈਆ ਦਾ ਇਹ ਮੁਰਸ਼ਦ ਮੁਰਸ਼ਦ ਭੋਲੇ ਜੀ ਤੂੰ ਵਸਾਈਆ ਦਾ ਇਹ ਵੱਜਦਾ ਭੋਲੇ ਭੋਲੇ ਜੀ ਤੂੰ ਵਸਾਈਆ ਦਾਮੁਸਾਫਰ ਤੂੰ ਬਾਬਾ ਜਿਦਾਏ ਪਰਦੇ ਤਮਨ ਜੀਂਦ ਸ਼ਹਿਰ ਦੇ ਗੱਜਦਾਏ ਆ ਦਰਸ਼ਨ ਦਾਸ ਮੁਸਾਫਰ ਤੂੰ ਬਾਬਾ ਜਿਦਾਏ ਪਰਦੇ ਤਮਨ ਜੀਂਦ ਸ਼ਹਿਰ ਦੇ ਗੱਜਦਾਏ ਬੋਲ ਜਵਾਨੋ ਭੋਲੇ ਜੀ ਤੂੰ ਵਸਾਈਆਂ ਦਾ ਇਹ ਵੱਜਦਾ ਬੋਲੇ ਭੋਲੇ ਜੀ ਤੂੰ ਵਸਾਈਆਂ ਦਾ ਇਹ ਮੁਰਸ਼ਦ ਮੁਰਸ਼ਦ ਬੋਲੇ ਜੀ ਤੂੰ ਵਸਾਈਆਂ ਦਾ ਆਪਣੇ ਗੁਰੂ ਸਾਈਂ ਉਨੈਸ ਸ਼ਾਹ ਨੂੰ ਕੀਤਾ ਹੈ ਕੁੜੀਆਂ ਵਾਲਾ ਗਾਉਣਾ ਪਾਉਣਾ ਪਿਆ ਪੈਰੀ ਝਾਂਜਰਾਂ ਪਾਉਣੀਆਂ ਪਈਆਂ ਤਾਂ ਕਿ ਜਾ ਕੇ ਉਹਨੇ ਆਪਣੇ ਗੁਰੂ ਨਾਲ ਇਸ਼ਕ ਕੀਤਾ ਹੈ ਤੋ ਆਜੋ ਵਾਹ ਵਾਰ ਮੌਜ ਫਕੀਰਾਂ ਦੀ ਵਾਹ ਵਾਰ ਮੌਜ ਫਕੀਰਾਂ ਦੀ
ਜੀ ਬਾਬਾ ਹਰਿ ਗੋਬਿੰਦ ਬਾਬਾ ਹਰਿ ਗੋਬਿੰਦ ਫਕੀਰਾਂ ਦੀ ਬਾਬਾ ਹਰਿ ਗੋਬਿੰਦ ਫਕੀਰਾਂ ਦੀ ਕਿਸੇ ਫਕੀਰ ਦੇ ਨਾਲ ਆਉਂਦਾ ਹੈ ਸੰਗਤ ਰੂਪੀ ਜੇ ਪੰਜ ਸੱਤ ਜਣੇ ਆਉਂਦੇ ਨੇ ਤੇ ਇੱਕ ਬੰਦਾ ਇੱਥੇ ਬੈਠ ਜਾਵੇ ਬਾਕੀ ਦੇ ਸੰਗਤ ਵਿੱਚ ਜਾ ਕੇ ਬੈਠ ਜਾਣ ਮੇਰੇ ਵੀਰ ਮੇਰੇ ਦੋਸਤ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਇੱਕ ਸਾਈਡ ਤੇ ਹੋ ਕੇ ਬੈਠ ਜਾਣ ਦੀ ਕਿਰਪਾਲਤਾ ਕਰਨ ਸੁਮੇਰੀ ਮਹਾਰਾਜ ਕਰਨੈਲ ਪੱਟੀ ਜੀ ਟਾਈਮ ਓਨਲੀ 5 ਮਿੰਟ ਥੈਂਕ ਯੂ ਦਰਬਾਰ ਕੋਗਰ ਸਾਹਿਬ ਦੀ ਇੱਛਾ ਕਰੀ ਦਰਬਾਰ ਗੱਦੀ ਤੇ ਬਿਰਾਜਮਾਨ ਸਾਈਂ ਸ਼ਰਿੰਦਰ ਸ਼ਾਹ ਸਰਕਾਰ ਔਰ ਬਾਹਰ ਤੋਂ ਹੋਰ ਸੂਫੀ ਸੰਤ ਫਕੀਰ ਮਹਾਂਪੁਰਸ਼ ਆਏ ਨੇ ਸੋ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਉਹਨਾਂ ਦੇ ਕਦਮਾਂ ਦੇ ਵਿੱਚ ਔਰ ਜਿਹੜੇ ਰਾਹਾਂ ਥਾਣੀ ਚੱਲ ਕੇ ਆਏ ਨੇ ਉਹਨਾਂ ਰਾਹਾਂ ਨੂੰ ਨਮਸਕਾਰ ਕਰਦੇ ਹਾਂ ਕਿਉਂਕਿ ਫਕੀਰ ਦੇ ਦਰਸ਼ਨ ਕਿਸੇ ਭਾਗਾ ਵਾਲਿਆਂ ਨੂੰ ਨਸੀਬ ਹੁੰਦੇ ਨੇ ਵਕਤ ਦੀ ਇਜਾਜ਼ਤ ਦੇ ਵਿੱਚ ਤੁਹਾਡੀ ਨਜ਼ਰ ਕਲਾਮ ਪੇਸ਼ ਕਰ ਰਿਹਾ ਵੋਲੀਅਮ ਦਿਓ ਥੋੜ੍ਹਾ ਬਹੁਤ ਮਾਹੀ ਸੌਂਗ ਇਸ ਇਲਾਕੇ ਦੀ ਇੰਟਰਨੈਸ਼ਨਲ ਸੌਂਗ ਕੱਪੜੇ ਵੇਖ ਸਲਾਮ ਕਰੀਏ ਤੇ ਮੰਦਾ ਕਿਸੇ ਫਕੀਰ ਨੂੰ ਆਖੀਏ ਨਾ ਸ਼ਰਧਾ ਹੋਵੇ ਤੇ ਚੋਲੀ ਵਿੱਚ ਖੈਰ ਪਾਈਏ ਤੇ ਗਹਿਰੀ ਨਿਗਾਹ ਨਾਲ ਐਵੇਂ ਝਾਕੀਏ ਨਾ ਝਾਕੀਏ ਨਾ ਫਕਰ ਦਾ ਪਤਾ ਨੀ ਕਿਸ ਰੰਗ ਵਿੱਚ ਹੋਵੇ ਇਹਦੀ ਪਰਖ ਕਰਨੀ ਏ ਬੜੀ ਔਖੀ ਮੂੰਹੋਂ ਝਟਪਟ ਜ਼ਬਾਨ ਵਿੱਚੋਂ ਆਖ ਦੇਣਾ ਫਕੀਰੀ ਕਰਨੀ ਏ ਕਿਧਰੋਂ ਹੈ ਸੌਖੀ ਸੌਖੀ ਹਜ਼ੂਰਾਂ ਨੇ ਬਹੁਤ ਸਾਰਾ ਆਸ਼ੀਰਵਾਦ ਦਿੱਤੇ ਨੇ ਤੇ ਦਿਲ ਤੋਂ ਸ਼ੁਕਰ ਗੁਜ਼ਾਰ ਹੈ ਗਫ ਗੱਲ ਕੀ ਦੱਸਾਂ ਇਹਨਾਂ ਫਕਰਾਂ ਦੀ ਪਾਉਂਦੇ ਨੀਵਿਆਂ ਨਾਲ ਪਿਆਰ ਫਕਰ ਭੋਲੇ ਪਾਲੇ ਹੁੰਦੇ ਉੱਤੋਂ ਵੇਖਣੇ ਨੂੰ ਹੁੰਦੇ ਅੰਦਰੋਂ ਬੜੇ ਹੁਸ਼ਿਆਰ ਫਕਰ ਉਹ ਕਦੇ ਮਾਮ ਦੇ ਨਾਲੋਂ ਵੀ ਨਰਮ ਹੁੰਦੇ ਤੇ ਕਦੇ ਤੇਜ ਤਲਵਾਰ ਦੀ ਧਾਰ ਫਕਰ ਸੰਨ ਲਾਉਂਦੇ ਦੀਵਾਨੇ ਰੱਬ ਦੇ ਘਰ ਨੂੰ ਏ ਹੁੰਦੇ ਚੋਰਾਂ ਦੇ ਸਰਦਾਰ ਫਕਰ ਇੱਥੇ ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜ਼ਰਬਾਂ ਦੀ ਨੀਵਾਂ ਹੋ ਕੇ ਲੁੱਟ ਲਾ ਪਾਵੇ ਦੌਲਤ ਅਰਬਾਂ ਦੀ ਜੈ ਬਾਬਾ ਬਾਲਕਨਾਥ ਜੀ ਜੈ ਬਾਬਾ ਗੁਗਾ ਯਾਰ ਪੀਰ ਜੀ ਔਰ ਜੈ ਬਾਬਾ ਸ਼੍ਰੀ ਚੰਦ ਜੀ 108 ਉਹਨਾਂ ਦੀ ਵੱਲੋਂ ਲਗਾਤਾਰ ਸਾਨੂੰ ਆਸ਼ੀਰਵਾਦ ਆ ਰਹੇ ਨੇ ਤੇ ਦਿਲ ਤੋਂ ਸ਼ੁਕਰ ਗੁਜ਼ਾਰ ਹਾਂ ਜਿਹੜੇ ਖਜ਼ਾਨੇ ਚੋਂ ਆਸ਼ੀਰਵਾਦ ਆਏ ਨੇ ਅੱਲਾ ਪਾਕ ਕਰੇ ਨੋ ਗਜ਼ਾ ਪੀਰ ਕਰੇ ਇੱਕ ਤੋਂ ਨੇਕ ਕਰੇ ਹਰ ਰਮਦਾਨ ਫਤਿਹ ਬਖਸ਼ੇ ਕੋਈ ਰੰਗ ਸਾਵਾ ਕੋਈ ਰੰਗ ਪੀਲਾ ਕਿਤੇ ਲਾਲ ਗੁਲਾਬੀ ਕਰੇ ਸਾਏ ਓ ਬੁੱਲੇ ਸ਼ਾਹ ਰੰਗ ਪਤਾ ਤਾ ਵਾਲਾ ਕਿਸੇ ਕਿਸੇ ਨੂੰ ਚੜਨਾ ਏ ਬਹੁਤ ਸਾਰਾ ਪੀਰ ਬਜ਼ੁਰਗਾਂ ਵੱਲੋਂ ਅਸੀਂ ਭੰਨ ਲਈਏ ਮਟਕ ਮਜਾ ਜਾਂਦੀ ਬਹੁਤ ਸਾਰਾ ਆਸ਼ੀਰਵਾਦ ਮੈਂ ਤੁਹਾਨੂੰ ਸ਼ੁਕਰਗੁਜ਼ਾਰ ਬੋਲੋ ਭਾਈ ਤੋਰਾ ਅਸੀਂ ਭੰਨ ਲਈਏ ਮਟਕ ਮਜਾ ਜਾਂਦੀ ਸਾਨੂੰ ਲੋੜ ਨਾ ਤਖਤਾਂ ਤੇ ਤਾ ਜਾਂਦੀ ਰੱਖ ਸਾਂਭ ਕੇ ਤੂੰ ਆਪਣੀ ਸਾਂਭ ਕੇ ਤੂੰ ਆਪਣੀ ਵਜ਼ੀਰੀ ਸੱਜਣਾ ਵੇ ਸਾਨੂੰ ਬੜੀ ਔਖੀ ਸਾਨੂੰ ਬੜੀ ਔਖੀ ਮਿਲੀ ਫਕੀਰੀ ਸੱਜਣਾ ਵੇ ਸਾਨੂੰ ਬੜੀ ਔਖੀ ਸਾਨੂੰ ਬੜੀ ਔਖੀ ਮਿਲੀ ਸਾਨੂੰ ਬੜੀ ਔਖੀ
बनावे सानू बड़ी औखी मिली फकीरी सजना वे सानू बड़ी औखी सानू बड़ी औखी मिली फकीरी सजना वे सानू बड़ी औखी जिन्हों वालों माण प्यार दाता अरिंद शाह जी दाता भोले शाह जी भोले बाबा जी सो धन्यवाद करते हैं सारे का शिकार नवाणा जी हेलो ठीक है जी क्योंकि हुक्म है अंदर सब को बाहर हुक्म ना कोई हुक्म दे विच रहांगे तो सब तो वधिया गल है सो साईं सुरेंद्र शाह जी गौसपाक 11वीं वाली सरकार शेख अब्दुल कादर शाह जी लानी नौगजा पीर इशातारी दरबार ते जिन्नी भी संगत तशरीफ फरमान है सो जिन्ने भी फकीरी रूहां तशरीफ फरमान है शंकार नमाने वालों सब तो पहला सजदा सलाम कबूल होवे ते नाल दी नाल ढेर सारियां मुबारकां चलो आप सब की सेवा दे विच हजरत पीर दाता नौगजा पीर जी सारे बलियां बुजुर्गों ने अली अली मुर्त या शेरे खता दो जहान के बादशाह सारियां नूं पीरियां फकीरियां दादियां ने बख्शिश कीतियां जिन्हां दे विचों नौगजा पीर साहब इन्हां नूं भी उत्थों ही फकीरी अनायत बख्शिश होई है सो गीत लिखिया आप सब की सेवा दे विच पेश मैं कर देना ते समझ तुसीं लैणा सो बैलेंस हो रहा साजां दा जो कि बहुत जरूरी है साढ़े महेश साउंड सर्विस क्या बात है जी सो सेवादारां नूं बेनती है कि स्टेज ते पानी की सेवा की जाए सो दाता साढ़े सच्ची सरकार भोले बाबा जी उन्हां वालों बहुत आशीर्वाद आया ब्याह सत्कार आया सो तहे दिल शुक्रगुजार हैं जी
हाँ जी महेश साहब ओके है जी, हो गया ठीक है, थैंक यू जी। हरफ ना कोई जीव ना हिले होंठ ना फरके असल नमाजी सोई बेअद मकसूद ना हासिल ते बिच दरगाह ना ढोई दाना खाक में मिलके गुले गुलजार होता है। सो तह दिलो शुक्र गुजार हाँ कि दादिया वालों बेअंत माया के रूप अनायत बख्शिश हुई है। सो थैंक यू जी। सो आप सब की सेवा दी गीत हाजिर बड़े प्यार दे नाल सरवण कर। हाँ जी सुन के भाजी मैं अपनी नू मार फकीरी अली साहब तो पाई हाजी रहो हाजी
ਤੇ ਤੈਨੂੰ ਖੁਦਾ ਰੱਖਿਆ ਸੱਚੀ ਸਰਕਾਰ ਦਰਬਾਰ ਨੌਗੱਜਾ ਪੀਰ ਇੱਛਾਧਾਰੀ ਦਰਬਾਰ ਜਿੱਥੇ ਹਰ ਇੱਕ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ। ਇਹ ਇਹੋ ਜਿਹਾ ਦਰਬਾਰ ਹੈ ਜਿਹੜਾ ਦੁੱਧ ਵਾਲੇ ਨੂੰ ਦੁੱਧ ਦਿੰਦਾ ਹੈ, ਪੁੱਤ ਵਾਲੇ ਨੂੰ ਪੁੱਤ ਦਿੰਦਾ ਹੈ, ਅੰਨ ਵਾਲੇ ਨੂੰ ਅੰਨ ਦਿੰਦਾ ਅਤੇ ਧਨ ਵਾਲੇ ਨੂੰ ਧਨ ਦਿੰਦਾ ਹੈ। ਸਾਨੂੰ ਸਿਰਫ ਮੰਗਣ ਦਾ ਤਰੀਕਾ ਆਉਣਾ ਚਾਹੀਦਾ, ਕਿਉਂਕਿ ਬਿਨ ਬੋਲਿਆ ਸਭ ਕੁਛ ਜਾਣਦਾ। ਔਰ ਸੱਚੀ ਸਰਕਾਰ ਦੇ ਦਰਬਾਰ ਦੇ ਸੇਵਾਦਾਰ ਸਾਈਂ ਸੁਰਿੰਦਰ ਸ਼ਾਹ ਜੀ, ਜਿਨ੍ਹਾਂ ਨੇ ਕਿ ਬਹੁਤ ਹੀ ਵਧੀਆ ਅਰੇਂਜਮੈਂਟ ਕੀਤਾ, ਜਿਨ੍ਹਾਂ ਦੀ ਰਹਿਨੁਮਾਈ ਹੇਠ ਮੇਲਾ ਚੱਲ ਰਿਹਾ, ਉਹ ਸਾਡੇ ਸਾਈਂ ਜੀ ਸਾਈਂ ਅਰੁਣ ਜੀ, ਬਹੁਤ ਧੰਨਵਾਦੀ ਹੈ ਸਾਡੇ ਪਾਪਾ ਜੀ ਵਿਨੋਦ ਪੱਪੀ ਜੀ, ਜਿਨ੍ਹਾਂ ਦੇ ਪਿਆਰ ਸਦਕਾ ਦਰਬਾਰ 'ਤੇ ਹਾਜ਼ਰੀ ਭਰਨ ਦਾ ਮੌਕਾ ਮਿਲਿਆ। ਸੋ ਕਿਹਨਾਂ ਕਿਹਨਾਂ ਦੀਆਂ ਝੋਲੀਆਂ ਦਰਬਾਰ ਤੋਂ ਭਰੀਆਂ ਨੇ, ਜਿਹੜਾ ਹੱਥ ਖੜੇ ਕਰੋ ਜੀ, ਜਿਹਨਾਂ ਦੀਆਂ ਝੋਲੀਆਂ ਭਰੀਆਂ ਨੇ ਦਰਬਾਰ ਦੇ ਉੱਤੋਂ ਹੱਥ ਖੜੇ ਕਰੋ, ਔਰ ਜਿਹੜੇ ਚੌਲਦੇ ਨੇ ਸਾਡੀਆਂ ਝੋਲੀਆਂ ਭਰਨ, ਉਹ ਵੀ ਹੱਥ ਖੜੇ ਕਰੋ ਜੀ। ਅਤੇ ਕੀ ਅਰਦਾਸ ਕਰਨੀ ਹੈ ਜੀ, ਭਰ ਲੋ ਝੋਲੀਆਂ, ਭਰ ਲੋ ਪੀਰ ਮੇਰਾ ਬਹਿ ਕੇ ਆਇਆ ਸੁਣ ਲਾ ਕੇ, ਭਰ ਲੋ ਝੋਲੀਆਂ, ਭਰ ਲੋ ਪੀਰ ਮੇਰਾ ਬਹਿ ਕੇ ਆਇਆ ਸੁਣ ਲਾ ਕੇ,
लो चोलियां फर लो नग जा पीर बह गया सुन ला के ਸਾਡੇ ਬਾਬਾ ਜੀ ਬਾਬਾ ਭੋਲਾ ਜੀ ਔਰ ਸਾਡੇ ਪਾਤਸ਼ਾਹ ਜੀ ਅਰੁਣ ਜੀ ਠੀਕ ਹੈ ਜੀ ਸੋ ਇੱਕ ਕਲਮ ਨਾਲ ਹੋਰ ਹਾਜ਼ਰੀ ਇੱਥੇ ਸੋ ਜਿਹਨਾਂ ਨੇ ਨੱਚ ਗਾ ਕੇ ਖੁਸ਼ੀ ਦਾ ਇਜ਼ਹਾਰ ਕਰਨਾ ਬੜੇ ਪਿਆਰ ਨਾਲ ਸਤਿਕਾਰ ਨਾਲ ਕਰ ਸਕਦੇ ਨੇ ਸੋ ਕੀ ਕਹਿਣਾ ਜੀ ਉਹ ਨੱਚਣਾ ਮਲੰਗ ਤੇਰਾ ਹੋ ਕੇ ਜੀ ਤੇਰੇ ਦਰ ਮੈਂ ਨੱਚਣਾ ਨੱਚਣਾ ਮਲੰਗ ਤੇਰਾ ਹੋ ਕੇ ਜੀ ਤੇਰੇ ਦਰ ਮੈਂ ਨੱਚਣਾ ਤੇਰਾ ਹੋ ਤੇਰੇ ਦਰ ਮੈਂ ਨੱਚਣਾ ਨੱਚਣਾ ਮਲੰਗ ਤੇਰਾ ਹੋ ਤੇਰੇ ਦਰ
ਕ੍ਰਿਸ਼ਨ ਪੌੜਾਏ ਦਿਲ ਵਾਲੇ ਚਾਇਆ ਤੇ ਕਰਨੇ ਨੇ ਪੂਰੇ ਦਿਲ ਵਾਲੇ ਚਾਇਆ ਤੇ ਕਰਨੇ ਨੇ ਪੂਰੇ ਨੀਏ ਦਿਲ ਵਿੱਚ ਰੱਖਣੇ ਲਗੋ ਕੇ ਜੀ ਤੇਰੇ ਨਾਰੇ ਜਿੱਥੇ ਸਾਡੀ ਲੱਗੀ ਅਦੋਂ ਲੱਗੀ ਰਹਿਣਾ ਦੇ ਕਿ ਬੇਹਮ ਤੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਘਰੋਂ ਬਣਾ ਕੇ ਤੁਰਦੇ ਨੇ ਜੋ ਨਕਸ਼ਾ ਆਪਣੇ ਸਫਰਾਂ ਦਾ ਸੋ ਸਾਡੇ ਸਾਈਆਂ ਨਾਲ ਤਾੜੀ ਮਾਰਦੇ ਜ਼ੋਰ ਦਾ ਜੀ ਇੱਕ ਵਾਰੀ ਸੋ ਸ਼ੁਕਰੀਆ ਜੀ ਤੇ ਭੈੜੀ ਜਿੰਦ ਦਾ ਨਾ ਕੋਈ ਕਈ ਵਾਰ ਚਿੜੇ ਗਏ ਵਜਾ
महान शख्सियत लांबड़े तो शेखर जी जिहड़े बड़े अच्छे स्टेज कंपेयरिंग करते हैं दाता के दरबार से हाजरी पेश करने वास्ते सरबजीत सौते दे नाल पहुंचे ने जिन्हों बड़े प्यार दे नाल असीं ते अपने वालों गब्बर ही कहने हैं क्योंकि बच्चा है साडा इस करके बड़ा प्यार बख्शिश हुंदा है परिवार के मैंबर भी ने कुछ साडे धन्नवाद करते हैं सारिआं दा सो मैं गुजारिश करांगा उस महान कलाकार को मंच से सदा देने जा रहा हाँ जो किसी भी जान पहचान दे मोहताज नहीं मैं ताज बादशाह मेरी मुराद सरदीप सोहफा सरदीप सोहफा Thank you.
ਖਰਾ ਪੀਰ ਬਾਬਾ ਨਗਜਾ ਪੀਰ ਜੀ ਦਾ ਹੋਰ ਸੱਚੇ ਦਰਬਾਰ ਕੀ ਜੈ ਹੋ ਇਸ਼ਕੀ ਬਾਤ ਤੇ ਰੱਬ ਨੂੰ ਪਾਉਣਾ ਸੌਖਾ ਨਹੀਂ ਕੋਈ ਗੰਗਾ ਜਾਵੇ ਕੋਈ ਮੱਕਿਓਂ ਆਵੇ ਹੱਕ ਸੱਚ ਕਮਾਉਣਾ ਹਰ ਜੀਵਨਾ ਮਨ ਦੇ ਰਾਹੀ ਨੂੰ ਸਿੱਧੇ ਰਾਹ ਤੇ ਪਾਉਣਾ ਸੌਖਾ ਇਹ ਇਸ਼ਕ ਡੰਕ ਪਿਛੂਆ ਕਾ ਹਾਏ ਇਸ ਤਰ੍ਹਾਂ ਸਤਾਏ ਇਸ ਕਾ ਜ਼ਹਿਰ ਨਾ ਉਤਰੇ ਰੋਗੀ ਸਰ ਪਟਕ ਪਟਕ ਸਰ ਪਟਕ ਪਟਕ ਸਰ ਪਟਕ ਪਟਕ ਮਰੀ ਗਲੀਆਂ ਦੇ ਵਿੱਚ ਕੱਖਾਂ ਵਾਂਗ ਰਲਾਉਂਦਾ ਏ ਹੋਏ ਗਲੀਆਂ ਦੇ ਵਿੱਚ ਕੱਖਾਂ ਵਾਂਗ ਰਲਾਉਂਦਾ ਏ ਇਸ਼ਕ ਬੜਾ ਏ ਜ਼ਾਲਮ ਨਾਚ ਨਚਾਉਂਦਾ ਏ ਖੁੱਲੇ ਛਾਜਨ ਬੇਸੁੱਧ ਹੋ ਕੇ ਨੱਚਿਆ ਸੀ
ਸਾਡੇ ਉਸਤਾਦ ਹੈ ਦੁਨੀਆਂ 'ਚੋਂ ਵਿਨੋਦ ਪੱਪੀ ਜੀ। ਹੈਲੋ ਹੈਲੋ, ਥੈਂਕ ਯੂ ਮਿਹਰਬਾਨੀ ਜੀ, ਔਰ ਲੱਖ ਲੱਖ ਮੁਬਾਰਕਾਂ ਜੀ ਇਸ ਸਾਲਾਨਾ ਜੋੜ ਮੇਲੇ ਦੀਆਂ। ਸੋ ਤੁਹਾਡੀਆਂ ਜ਼ੋਰਦਾਰ ਤਾੜੀਆਂ ਅਤੇ ਖੂਬਸੂਰਤ ਆਵਾਜ਼ ਜਨਾਬ ਸਰਬਜੀਤ ਸਹੋਤਾ। ਸਭ ਤੋਂ ਪਹਿਲਾਂ ਸਰਕਾਰਾਂ ਦੇ ਚਰਨਾਂ 'ਚ ਸਜਦਾ ਸਲਾਮ ਦੇ ਲਈ ਬਹੁਤ ਬਹੁਤ ਇਸ ਮੇਲੇ ਦੀਆਂ ਮੁਬਾਰਕਾਂ ਜੀ। ਮੈਂ ਕਰਜਾਈ ਮਾਂ ਆਪਣੀ ਦਾ ਜਿਸਨੇ ਜੱਗ ਦਿਖਾਇਆ, ਫੇ ਕਰਜਾਈ ਮੁਰਸ਼ਦ ਦਾ ਜਿਹਨੇ ਮੌਲਾ ਯਾਰ ਮਿਲਾਇਆ, ਪੰਜ ਪੀਰਾਂ ਦਾ ਪੰਜਾ ਸਿਰ ਤੇ ਮੈਨੂੰ ਮਸਤਾਂ ਗੋਦ ਖੜਾਇਆ, ਨਾਲ ਮਲੰਗਾ ਪੈ ਗਈ ਯਾਰੀ ਮੈਨੂੰ ਸਬਰ ਦਾ ਰੰਗ ਚੜਾਇਆ। ਤੇਰੇ ਚਰਨਾਂ ਵਿੱਚ ਅਰਦਾਸ ਮੇਰੀ, ਰੱਖੀ ਲਾਜ ਮੇਰੀ, ਲਾਜ ਮੇਰੀ ਤੇਰੇ ਦਰ ਤੇ ਅੱਜ ਮੈਂ ਗਾਉਣਾ, ਤੇਰੇ ਦਰ ਤੇ ਅੱਜ ਮੈਂ ਗਾਉਣਾ, ਮੈਂ ਤੇਰੇ ਦਰ ਤੇ ਹਾਜ਼ਰੀ ਲਾਉਣਾ, ਦੁਨੀਆਂ ਵਿੱਚ ਮੇਰਾ ਨਾਂ ਚਮਕਾ ਦੇ,
अरदास मेरी बाबा जी वालों हुक्म है अली दे रंग जी पर असी बाबा जी नाल ही मैं गाऊंगा असा तेरे नाल लाई हुई है जिंद तली ते टकाई हुई है तू निगजा वीर मेरा आ बाकी दुनिया भलाई हुई है जिस दी नाल अली दे यारी ਦੇ ਬੱਚੇ ਆ ਜਦੋਂ ਰੰਗ ਮੂਸ
ਛੱਡ ਕੇ ਉਹਦੇ ਨੌਕਰ ਹੋ ਕੇ ਬੈਠੇ।